ਮਹਾਰਾਣੀ ਪਰਨੀਤ ਕੌਰ ਨੂੰ ਲੈ ਕੇ ਉਹਨਾਂ ਵੱਲੋਂ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਕਿਹਾ ਵੀ ਗੱਠਜੋੜ ਹੋਣਾ ਚਾਹੀਦਾ, ਇਹਦੇ ਨਾਲ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਅੱਗੇ ਵੱਧ ਸਕਦੀ ਹੈ। ਇਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਇਕੱਲੀ ਬੀਜੇਪੀ ਦੇ ਪੱਲੇ ਪੰਜਾਬ 'ਚ ਹੈ ਕੀ, ਖਾਸ ਕਰ ਪਟਿਆਲੇ 'ਚ। ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਇਹਨਾਂ ਤੋਂ ਅਸਤੀਫਾ ਲੈ ਲਿਆ ਅਤੇ ਇਹ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ। ਸਨੌਰ ਤੋਂ ਵਿਧਾਇਕ ਨੇ ਜੀ ਹਰਮੀਤ ਸਿੰਘ ਪਠਾਨ ਮਾਜਰਾ, ਪਰ ਅੱਜ ਵਿਧਾਨ ਸਭਾ ਦੇ ਵਿੱਚ ਜਦੋਂ ਉਹ ਅੰਦਰ ਜਾ ਰਹੇ ਸੀ ਤਾਂ ਇੱਕ ਪੱਤਰਕਾਰ ਨਾਲ ਬਹਿਸ ਹੋ ਜਾਂਦੀ ਹੈ ਅਤੇ ਅੰਦਰ ਜਾਂਦੇ ਕਹਿੰਦੇ ਇਹਨੂੰ ਬਾਹਰ ਆ ਕੇ ਦੇਖੂੰਗਾ ਅਤੇ ਪੱਤਰਕਾਰ ਵੱਲੋਂ ਵੀ ਕਿਹਾ ਜਾਂਦਾ ਹੁਣ ਵੀ ਤੂੰ ਦੱਸੇਗਾ ਬਾਹਰ ਆ ਕੇ ਸਾਨੂੰ। ਪਤਾ ਲੱਗਿਆ ਕਿ ਸੰਬੰਧਿਤ ਪੱਤਰਕਾਰ ਨੇ ਸਾਡੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੱਧਵਾ ਸਾਹਿਬ ਨੂੰ ਇੱਕ ਲਿਖਤੀ ਸ਼ਿਕਾਇਤ ਵੀ ਦਿੱਤੀ। ਲੁਧਿਆਣਾ ਤੋਂ MP ਨੇ ਜੀ ਰਵਨੀਤ ਬਿੱਟੂ ਵੱਲੋਂ ਨਗਰ ਨਿਗਮ ਨੂੰ ਤਾਲੇ ਲਗਾ ਦਿੱਤੇ ਗਏ ਸੀ, ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ਼ ਇੱਕ ਮਾਮਲਾ ਦਰਜ ਹੋਇਆ ਸੀ। ਹਾਲਾਂਕਿ ਉਹ ਗ੍ਰਿਫਤਾਰ ਵੀ ਦੇਣ ਲਈ ਗਏ ਸੀ, ਕਹਿੰਦੇ ਮੈਂ ਗ੍ਰਿਫਤਾਰੀ ਦੂੰਗਾ ਅਤੇ ਬੜੀ ਛੇਤੀ ਢਿੱਲ ਸਾਹਿਬ ਉਹਨਾਂ ਨੇ ਜ਼ਮਾਨਤ ਵੀ ਲਵਾ ਲਈ। ਸਿਆਸੀ ਆਗੂ ਨੇ ਸਿਆਸੀ ਆਗੂਆਂ ਨਾਲ ਇਹੋ ਜਿਹਾ ਕੁਝ ਵਾਪਰਦਾ ਰਹਿੰਦਾ ਹੈ। ਜਿਹੜੀ ਜ਼ਮਾਨਤ ਹੈ, ਜ਼ਮਾਨਤ ਉਹਨਾਂ ਦਾ ਕਾਨੂੰਨੀ ਹੱਕ ਹੈ, ਪਰ ਲੋਕਾਂ ਦੇ ਵਿੱਚ ਇੱਕ ਅਚੰਭਾ ਹੈ ਵੀ ਉਹਨੂੰ ਗ੍ਰਿਫਤਾਰੀ ਕਾਹਦੇ ਵਾਸਤੇ ਦਿੱਤੀ ਸੀ, ਜੇ ਨਾਲ ਹੀ ਜ਼ਮਾਨਤ ਲੈ ਲੈਣੀ ਸੀ ਅਤੇ ਜਾਂ ਫਿਰ ਇਹ ਸਾਰਾ ਕੁਝ ਸਿਆਸੀ ਇਹਨੂੰ ਡਰਾਮਾ ਕਹਿ ਸਕਦੇ ਹਾਂ। ਇਹ ਲੁਧਿਆਣੇ ਦਾ ਨਗਰ ਨਿਗਮ ਸਾਰਾ ਕੁਛ ਇਹ ਹੁਣ ਹੋ ਰਿਹਾ ਹੈ ਜਿਹੜਾ ਪਹਿਲਾਂ ਨਹੀਂ ਸੀ। ਵਿਕਰਮ ਮਜੀਠੀਆ ਵੱਲੋਂ ਅੱਜ ਸਿੱਟ ਕੋਲ ਪੇਸ਼ ਹੋਏ ਸੀ ਢਿੱਲ ਸਾਹਿਬ, ਸਿੱਟ ਮੂਹਰੇ ਜਾਣ ਤੋਂ ਪਹਿਲਾਂ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਰੱਜ ਕੇ ਨਿਸ਼ਾਨੇ ਸਾਧੇ ਸਰਕਾਰ ਦੇ ਉੱਤੇ। ਉਹਨੇ ਕਿਹਾ ਕਿ ਜਦੋਂ ਮੈਂ ਸਰਕਾਰ ਦੇ ਖਿਲਾਫ਼ ਬੋਲਦਾ ਜਾਂ ਜੋ ਕੰਮ ਕੀਤੇ ਨੇ ਸਰਕਾਰ ਦੇ ਮੈਂ ਚੈਨਲਾਂ ਦਿਖਾਉਣਾ ਤਾਂ ਮੇਰੇ ਖਿਲਾਫ਼ ਕਾਰਵਾਈ ਕਰ ਦਿੱਤੀ ਜਾਂਦੀ, ਮੈਂ ਬੁਲਾ ਲੈਂਦਾ ਸਿੱਟ ਕੋਲ। ਜਿਹੜਾ ਉਹਨਾਂ ਦੇ ਭਾਈਆ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸੁੱਖ ਬਲਾਸ ਹੋਟਲ ਹੈ, ਉਹਦੇ ਬਾਰੇ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ 2 ਸਾਲ ਹੋ ਗਏ ਜੇ ਸਾਡਾ ਨਜਾਇਜ਼ ਬਣਿਆ ਹੋਇਆ ਕਰੋ ਕਾਰਵਾਈ, ਬੇਨਿਜ਼ਮੀਆਂ ਹੋਈਆਂ ਨੇ ਸੁੱਖ ਬਲਾਸ ਦੇ ਵਿੱਚ ਤਾਂ ਫਿਰ ਤੁਸੀਂ ਕਾਰਵਾਈ ਕਰੋ। ਉਹਦਾ ਜਵਾਬ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਤੌਰ 'ਤੇ ਦੇਣਗੇ। ਜਿਹੜੀ ਉਹਨਾਂ ਨੇ ਗੱਲ ਕੀਤੀ, ਕਹਿੰਦੇ ਜੇ ਮੈਂ ਕੋਈ ਸਖ਼ਤ ਜੀ ਗੱਲ ਕਹਿ ਦਿੰਦਾ ਹੈ ਉਦੋਂ ਅਗਲੇ ਦਿਨ ਮੈਨੂੰ ਸੱਦ ਲੈਂਦੇ ਨੇ। ਸਤਿ ਸ਼੍ਰੀ ਅਕਾਲ, ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣਨ ਲੱਗ ਕੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਅਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਅਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਢਿੱਲ ਸਰ, ਸਵਾਗਤ ਹੈ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਢਿੱਲ ਸਰ, ਸਭ ਤੋਂ ਪਹਿਲਾਂ ਖਬਰ ਲਵਾਂਗੇ ਆਪਾਂ ਮਹਾਰਾਣੀ ਪਰਨੀਤ ਕੌਰ ਨੂੰ ਲੈ ਕੇ। ਉਹਨਾਂ ਵੱਲੋਂ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਕਿਹਾ ਵੀ ਗੱਠਜੋੜ ਹੋਣਾ ਚਾਹੀਦਾ, ਇਹਦੇ ਨਾਲ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਅੱਗੇ ਵੱਧ ਸਕਦੀ ਹੈ ਜੀ। ਇਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਇਕੱਲੀ ਬੀਜੇਪੀ ਦੇ ਪੱਲੇ ਪੰਜਾਬ 'ਚ ਹੈ ਕੀ, ਖਾਸ ਕਰ ਪਟਿਆਲੇ 'ਚ। ਹੁਣ ਤੱਕ ਇਹ ਕਾਂਗਰਸ ਪਾਰਟੀ ਦੇ ਵਿੱਚ ਸਨ, ਇਸ ਵੇਲੇ ਵੀ ਮੈਂਬਰ ਪਾਰਲੀਮੈਂਟ ਇਹ ਕਾਂਗਰਸ ਪਾਰਟੀ ਵੱਲੋਂ ਨੇ।
ਕੇਂਦਰੀ ਵਿਦੇਸ਼ ਮੰਤਰੀ ਬਣੇ। ਇਹਨਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਵੀ ਨਿਤੀਸ਼ ਕੁਮਾਰ ਵਾਂਗੂ ਪਲਟੀਆਂ ਕਈ ਵਾਰਗਾ। ਕਾਂਗਰਸ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਪੰਥਕ ਬਣਾ ਲਿਆ ਇਹਨਾਂ ਨੇ, ਉਹਦੇ ਵੱਲੋਂ ਚੋਣ ਲੜੇ, ਫਿਰ ਕਾਂਗਰਸ 'ਚ ਅਕਾਲੀ ਦਲ 'ਚ ਆਏ। 1986 ਤੋਂ ਬਾਅਦ ਅਸਤੀਫਾ ਦਿੱਤਾ ਜਦੋਂ ਆਪਰੇਸ਼ਨ ਕਾਲੀ ਗਰਜ ਬਰਨਾਲਾ ਸਰਕਾਰ ਵੱਲੋਂ ਕੀਤਾ ਗਿਆ। ਪਹਿਲਾਂ ਕੈਪਟਨ ਸਾਹਿਬ ਨੇ ਅਸਤੀਫਾ ਦਿੱਤਾ ਜਦੋਂ 1984 ਦੇ ਵਿੱਚ ਸਾਕਾ ਨੀਲਾ ਤਾਰਾ ਹੋਇਆ। ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 97 'ਚ ਇਹਨਾਂ ਨੂੰ ਟਿਕਟ ਨਾ ਦਿੱਤੀ, ਇਹਨਾਂ ਨੇ ਪਾਰਟੀ ਛੱਡਤੀ, ਦੁਬਾਰਾ ਕਾਂਗਰਸ ਵਿੱਚ ਚਲੇ ਗਏ ਅਤੇ 2002 ਵਿੱਚ ਮੁੱਖ ਮੰਤਰੀ ਬਣੇ। ਫਿਰ 2017 ਦੇ ਵਿੱਚ 10 ਸਾਲਾਂ ਬਾਅਦ ਫਿਰ ਮੁੱਖ ਮੰਤਰੀ ਬਣ ਗਏ। 15 ਸਾਲਾਂ ਬਾਅਦ ਦੋ 'ਚ ਬਣੇ ਸੀ, 2 ਤੋਂ 7 ਤੱਕ, ਅਤੇ 15 ਸਾਲਾਂ ਬਾਅਦ ਫਿਰ, ਕਿਉਂਕਿ 10 ਸਾਲ ਲਗਾਤਾਰ ਅਕਾਲੀ ਭਾਜਪਾ ਸਰਕਾਰ ਰਹੀ। ਇਹ ਕੌਣ ਨਹੀਂ ਜਾਣਦਾ, ਇਸ ਵੇਲੇ ਭਾਰਤੀ ਜਨਤਾ ਪਾਰਟੀ ਵਿੱਚ ਕਾਂਗਰਸ BJP ਹੈ, ਇਹਨਾਂ ਦੇ ਪ੍ਰਧਾਨ ਸਾਹਿਬ ਸੁਨੀਲ ਕੁਮਾਰ ਜਾਖੜ, ਉਹ ਵੀ ਤਾਂ ਪੁਰਾਣੇ ਕਾਂਗਰਸੀ ਆ, ਕਾਂਗਰਸ ਦੇ ਪ੍ਰਧਾਨ ਰਹੇ ਨੇ ਸੂਬੇ ਦੇ। ਮਹਾਰਾਣੀ ਸਾਹਿਬਾ 3 ਵਾਰ ਤੋਂ ਵੱਧ ਮੈਂਬਰ ਪਾਰਲੀਮੈਂਟ, ਅਤੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਕੇਂਦਰੀ ਵਿਦੇਸ਼ ਰਾਜ ਮੰਤਰੀ। ਕੈਪਟਨ ਅਮਰਿੰਦਰ ਸਿੰਘ 2 ਵਾਰ ਮੁੱਖ ਮੰਤਰੀ, 1 ਵਾਰ ਅਕਾਲੀ ਸਰਕਾਰ ਵੱਲੋਂ ਬਰਨਾਲਾ ਸਾਹਿਬ ਦੀ ਵਜ਼ਾਰਤ ਦੇ ਵਿੱਚ ਇਹ ਖੇਤੀਬਾੜੀ ਮੰਤਰੀ ਵੀ ਰਹੇ। ਇਸ ਵਾਰ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਇਹਨਾਂ ਤੋਂ ਅਸਤੀਫਾ ਲੈ ਲਿਆ ਅਤੇ ਇਹ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ। ਪਹਿਲਾਂ ਇਹਨਾਂ ਨੇ ਪੰਜਾਬ ਲੋਕ ਕਾਂਗਰਸ ਬਣਾਈ, ਹਾਕੀ ਅਤੇ ਖਿੱਦੋ ਵਾਲੀ। ਸ਼੍ਰੀਮਤੀ ਪ੍ਰਨੀਤ ਕੌਰ ਨੂੰ ਕਾਂਗਰਸ ਪਾਰਟੀ ਨੇ ਨੋਟਿਸ ਵੀ ਦਿੱਤਾ ਵਾ, ਪਰ ਸਿਆਸੀ ਆਗੂ ਸਿਆਸੀਆਂ ਦੀ ਇੱਕ ਦੂਜੇ ਨਾਲ ਕਰਦੇ ਰਹਿੰਦੇ ਆ। ਔਰ ਇਹਨਾਂ ਦੀ ਧੀ ਬੀਬੀ ਜੈਇੰਦਰ ਕੌਰ, ਉਹ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮਹਿਲਾ ਵਿੰਗ ਹੈ ਉਹਦੇ ਸੂਬਾ ਪ੍ਰਧਾਨ ਨੇ। ਅਤੇ ਸਾਰਿਆਂ ਨੂੰ ਪਤਾ ਸੀ ਕਿ ਜਦੋਂ ਸਾਰਾ ਪਰਿਵਾਰ ਹੀ ਚਲਿਆ ਗਿਆ ਅਤੇ ਸ਼੍ਰੀਮਤੀ ਪ੍ਰਨੀਤ ਕੌਰ ਕਿੰਨਾ ਕੁ ਚਿਰ, ਹੁਣ ਜਦੋਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਰਲੇਵਾਂ ਹੋਣ ਲੱਗਿਆ, ਸ਼੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਇਹ ਤਾਂ ਜੀ ਬਹੁਤ ਵਧੀਆ, 1-2-11। ਅਗਲੇ ਦਿਨਾਂ ਦੇ ਵਿੱਚ ਸਿਆਸਤ ਦੇ ਵਿੱਚ ਕੁਛ ਨਹੀਂ ਪਤਾ, ਕਦੋਂ ਕੌਣ ਕਿੱਧਰ ਨੂੰ ਚੱਲ ਜੇ, ਕਿੱਧਰ ਨੂੰ ਆ ਜੇ, ਇਹ ਆਇਆ ਗਿਆ ਇਲੈਕਸ਼ਨਾਂ ਦੇ ਟਾਈਮ ਦੇ ਵਿੱਚ ਚੱਲਦਾ ਹੀ ਰਹਿੰਦਾ। ਸੋ ਇਹ ਵੀ ਉਸੇ ਤਰੀਕੇ ਦੇ ਨਾਲ ਇਸ ਵੇਲੇ ਸ਼੍ਰੀਮਤੀ ਪ੍ਰਨੀਤ ਕੌਰ, ਪਤਾ ਇਹ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੈ, ਇਹਨਾਂ ਨੇ ਚੋਣਾਂ ਲੋਕ ਸਭਾ ਹੋਣ, ਵਿਧਾਨ ਸਭਾ ਹੋਵੇ, ਭਾਰਤੀ ਜਨਤਾ ਪਾਰਟੀ ਦੇ ਵੱਲੋਂ ਲੜਨੀਆਂ ਨੇ। ਪਰ ਦੇਖਦੇ ਹਾਂ ਅੱਗੇ ਨਤੀਜਾ
ਕਿਸ ਤਰ੍ਹਾਂ ਦਾ ਆਉਂਦਾ ਹੈ ਜੀ। ਸੋ ਨਾਲੇ ਗੱਲ ਕਰਦੇ ਹਾਂ ਸਨੌਰ ਤੋਂ ਵਿਧਾਇਕ ਨੇ ਜੀ ਹਰਮੀਤ ਸਿੰਘ ਪਠਾਨ ਮਾਜਰਾ। ਟਿੱਲ ਸਾਹਿਬ ਕਾਫੀ ਚਰਚਾ ਦੇ ਵਿੱਚ ਨੇ ਅਤੇ ਉਹ ਸੁਰਖੀਆਂ ਦੇ ਵਿੱਚ ਵੀ ਆ ਜਾਂਦੇ ਨੇ ਕੇਬਲ ਦੇ ਮਾਮਲੇ ਨੂੰ ਲੈ ਕੇ। ਹਾਲਾਂਕਿ ਉਹ ਸਫਾਈ ਵੀ ਦਿੰਦੇ ਨੇ ਵੀ ਮੇਰਾ ਅਜਿਹਾ ਕੋਈ ਚੱਕਰ ਨਹੀਂ ਹੈ, ਪਰ ਅੱਜ ਵਿਧਾਨ ਸਭਾ ਦੇ ਵਿੱਚ ਜਦੋਂ ਉਹ ਅੰਦਰ ਜਾ ਰਹੇ ਸੀ ਤਾਂ ਇੱਕ ਪੱਤਰਕਾਰ ਨਾਲ ਬਹਿਸ ਹੋ ਜਾਂਦੀ ਹੈ ਅਤੇ ਅੰਦਰ ਜਾਂਦੇ ਕਹਿੰਦੇ ਤੈਨੂੰ ਬਾਹਰ ਆ ਕੇ ਦੇਖੂੰਗਾ, ਅਤੇ ਪੱਤਰਕਾਰ ਵੱਲੋਂ ਵੀ ਕਿਹਾ ਜਾਂਦਾ ਹੁਣ ਵੀ ਤੂੰ ਦੱਸੇਗਾ ਬਾਹਰ ਆ ਕੇ ਸਾਨੂੰ ਜੀ। ਦੇਖੋ ਜੇ ਕੋਈ ਘਟਨਾਕ੍ਰਮ ਵਾਪਰ ਰਿਹਾ ਹੈ ਸਾਰਿਆਂ ਵਾਸਤੇ ਕਾਨੂੰਨ ਇੱਕੋ ਜਿਹਾ, ਉਹ MLA ਹੋਵੇ, ਮੰਤਰੀ ਹੋਵੇ ਜਾਂ ਮੁੱਖ ਮੰਤਰੀ ਹੋਵੇ, ਸਪੀਕਰ ਹੋਵੇ, ਡਿਪਟੀ ਸਪੀਕਰ ਹੋਵੇ, ਹਰ ਵਿਅਕਤੀ ਨੂੰ ਕਾਨੂੰਨ ਦਾ ਸਤਿਕਾਰ ਕਰਨਾ ਚਾਹੀਦਾ, ਕਾਨੂੰਨ ਦੇ ਦਾਇਰੇ ਵਿੱਚ ਰਹਿਣਾ ਚਾਹੀਦਾ। ਪਤਾ ਲੱਗਿਆ ਕਿ ਸੰਬੰਧਿਤ ਪੱਤਰਕਾਰ ਨੇ ਸਾਡੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੱਧਵਾ ਸਾਹਿਬ ਨੂੰ ਇੱਕ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਇਹ ਸ਼ਿਕਾਇਤ ਹੈ ਜਿਹੜੀ ਉਹਦੀ ਸਪੀਕਰ ਸਾਹਿਬ ਪੜਤਾਲ ਕਰਾਉਣਗੇ ਸਾਰੇ ਤੱਥਾਂ ਤੋਂ, ਹੋ ਸਕਦਾ ਉਹ ਚਸ਼ਮਦੀਦਾਂ ਦੇ ਨਾਲ ਵੀ ਗੱਲ ਕਰਨ। ਕੋਈ ਵਿਅਕਤੀ ਵੀ ਹੈ ਕੋਈ ਕਾਨੂੰਨ ਤੋਂ ਉੱਪਰ ਨਹੀਂ, ਅਤੇ ਪਹਿਲਾਂ ਵੀ ਇੱਥੇ ਇਹ ਕੇਬਲ ਦੇ ਬਾਰੇ ਬਹੁਤ ਕੁਝ ਚੱਲਦਾ ਹੈ, ਅਤੇ ਅੱਜ ਕੱਲ੍ਹ ਇਹ ਜਿਹੜੀ ਸਰਕਾਰ ਬਣਦੀ ਹੈ ਉਸੇ ਦਾ ਸਾਰਾ ਕੁਝ ਬਣ ਜਾਂਦਾ ਹੈ। ਜੇ ਇਹਨਾਂ ਨੇ ਕੀਤਾ ਕੋਈ ਨਵਾਂ ਨਹੀਂ ਕੀਤਾ, ਪਹਿਲਾਂ ਵੀ ਇੱਥੇ ਸਰਕਾਰਾਂ ਬਦਲਦਿਆਂ ਕੇਬਲ ਉੱਤੇ ਇਜਾਰੇਦਾਰੀ ਬਦਲਦੀ ਰਹਿੰਦੀ ਹੈ, ਇਹ ਕੋਈ ਨਵੀਂ ਗੱਲ ਨਹੀਂ, ਪਹਿਲਾਂ ਵੀ ਬਦਲਦੀ ਰਹੀ ਹੈ ਅਤੇ ਹੁਣ ਵੀ ਉਸੇ ਪਾਸੇ ਨੂੰ ਚੱਲੇ ਹੈ। ਸੋ ਇਹਦਾ ਕੋਈ ਨਿਯਮ ਕਾਇਦਾ ਕਾਨੂੰਨ ਬਣ ਜਾਣਾ ਚਾਹੀਦਾ, ਉਹਦੇ ਮੁਤਾਬਕ ਕੋਈ ਵੀ ਲੈ ਲਏ, ਭਾਰਤ ਤਕੜੇ ਦਾ ਸੱਤੀ ਵੀ ਹਿੱਸਾ ਹੋ, ਜਿਹੜੇ ਸੱਤਾਧਾਰੀ ਹੁੰਦੇ ਆ ਉਹ ਪ੍ਰਸ਼ਾਸਨ ਉਹਨਾਂ ਦੀ ਸੁਣਦਾ ਹੈ ਅਤੇ ਉਹ ਫਿਰ ਆਪਣਾ ਏਕਾਧਿਕਾਰ ਜ਼ਿਆਦਾ ਕਰ ਲੈਂਦੇ ਆ ਜੀ। ਸੋ ਨਾਲੇ ਲੁਧਿਆਣਾ ਤੋਂ MP ਨੇ ਜੀ ਰਵਨੀਤ ਬਿੱਟੂ ਵੱਲੋਂ ਨਗਰ ਨਿਗਮ ਨੂੰ ਤਾਲੇ ਲਗਾ ਦਿੱਤੇ ਗਏ ਸੀ, ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ਼ ਇੱਕ ਮਾਮਲਾ ਦਰਜ ਹੋਇਆ ਸੀ। ਹਾਲਾਂਕਿ ਉਹ ਗ੍ਰਿਫਤਾਰ ਵੀ ਦੇਣ ਲਈ ਗਏ ਸੀ, ਕਹਿੰਦੇ ਮੈਂ ਗ੍ਰਿਫਤਾਰੀ ਦੂੰਗਾ, ਅਤੇ ਬੜੀ ਛੇਤੀ ਢਿੱਲ ਸਾਹਿਬ ਉਹਨਾਂ ਨੇ ਜ਼ਮਾਨਤ ਵੀ ਲਵਾ ਲਈ ਜੀ। ਦੇਖੋ ਜ਼ਮਾਨਤ ਲੈਣਾ ਕਿਸੇ ਦਾ ਕਾਨੂੰਨੀ ਅਧਿਕਾਰ ਹੈ। ਰਵਨੀਤ ਸਿੰਘ ਬਿੱਟੂ, ਭਾਰਤ ਭੂਸ਼ਣ ਆਸ਼ੂ ਅਤੇ ਹੋਰਾਂ ਨੇ ਰਲ ਕੇ ਇਹ ਨਗਰ ਨਿਗਮ ਦਾ ਦਫ਼ਤਰ ਘੇਰਨਗੇ, ਉੱਥੇ ਤਾਲਾ ਲਾ ਤਾ। ਬਾਅਦ ਦੇ ਵਿੱਚ ਇਹਨਾਂ ਨੇ ਕੱਲ੍ਹ ਕਿਹਾ ਕਿ ਲਓ ਜੀ ਅਸੀਂ ਤਾਂ ਪੁਲਿਸ ਕੋਲ ਗ੍ਰਿਫਤਾਰੀਆਂ ਦੇਣ ਆ ਗਏ ਹਾਂ, ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੇਰੀ ਜਾਣਕਾਰੀ ਦੇ ਮੁਤਾਬਕ ਇਹਨਾਂ ਨੂੰ ਫਿਰ ਨਾਭੇ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਇਹਨਾਂ ਨੇ ਲੁਧਿਆਣੇ ਦੀ ਅਦਾਲਤ ਦੇ ਵਿੱਚ ਇੱਕ ਦਰਖਾਸਤ ਲਾਈ ਅਤੇ ਜ਼ਮਾਨਤ ਸਵੀਕਾਰ ਹੋ ਗਈ, ਹੋਣੀ ਸੀ। ਸਿਆਸੀ ਆਗੂਆਂ ਨਾਲ ਇਹੋ ਜਿਹਾ ਕੁਝ ਵਾਪਰਦਾ ਰਹਿੰਦਾ। ਸੋ ਮੈਂ ਸਮਝਦਾ ਕਿ ਇਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਜਿਹੜੀ ਜ਼ਮਾਨਤ ਹੈ, ਜ਼ਮਾਨਤ ਉਹਨਾਂ ਦਾ ਕਾਨੂੰਨੀ ਹੱਕ ਹੈ, ਪਰ ਲੋਕਾਂ ਦੇ ਵਿੱਚ ਇੱਕ ਅਚੰਭਾ ਹੈ ਵੀ ਗ੍ਰਿਫਤਾਰੀ ਕਾਹਦੇ ਵਾਸਤੇ ਦਿੱਤੀ ਸੀ ਜੇ ਨਾਲ ਹੀ ਜ਼ਮਾਨਤ ਲੈ ਲੈਣੀ ਸੀ, ਅਤੇ ਜਾਂ ਫਿਰ ਇਹ ਸਾਰਾ ਕੁਝ ਸਿਆਸੀ ਇਹਨੂੰ ਡਰਾਮਾ ਕਹਿ ਸਕਦੇ ਹਾਂ ਕਿ ਲੁਧਿਆਣੇ ਦਾ ਨਗਰ ਨਿਗਮ ਸਾਰਾ ਕੁਛ
ਇਹ ਹੁਣ ਹੋ ਰਿਹਾ ਜਿਹੜਾ ਪਹਿਲਾਂ ਨਹੀਂ ਸੀ। ਸੋ ਰਵਨੀਤ ਸਿੰਘ ਬਿੱਟੂ ਆਪਣੇ ਤਰੀਕੇ ਦੇ ਨਾਲ ਚਰਚਾ ਦੇ ਵਿੱਚ ਆਏ ਹੋਏ ਜੀ। ਸੋ ਦੂਜੇ ਪਾਸੇ ਬਿਕਰਮ ਮਜੀਠੀਆ ਵੱਲੋਂ ਅੱਜ ਸਿੱਟ ਕੋਲ ਪੇਸ਼ ਹੋਏ ਸੀ ਢਿੱਲ ਸਾਹਿਬ। ਸਿੱਟ ਮੂਹਰੇ ਜਾਣ ਤੋਂ ਪਹਿਲਾਂ ਉਹਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਰੱਜ ਕੇ ਨਿਸ਼ਾਨੇ ਸਾਧੇ ਸਰਕਾਰ ਦੇ ਉੱਤੇ। ਉਹਨੇ ਕਿਹਾ ਕਿ ਜਦੋਂ ਮੈਂ ਸਰਕਾਰ ਦੇ ਖਿਲਾਫ਼ ਬੋਲਦਾ ਜਾਂ ਜੋ ਕੰਮ ਕੀਤੇ ਨੇ ਸਰਕਾਰ ਦੇ ਮੈਂ ਚੈਨਲਾਂ ਦਿਖਾਉਣਾ ਤਾਂ ਮੇਰੇ ਖਿਲਾਫ਼ ਕਾਰਵਾਈ ਕਰ ਦਿੱਤੀ ਜਾਂਦੀ। ਮੈਂ ਬੁਲਾ ਲੈਂਦਾ ਸਿੱਟ ਕੋਲ ਜੀ। ਦੇਖੋ ਉਹ 8 ਵਾਰ ਸੱਦੇ ਗਏ ਅਤੇ 7 ਵਾਰ ਆਏ। ਸਭ ਤੋਂ ਵੱਧ ਉਹਨਾਂ ਨੇ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਦਾ ਉਠਾਇਆ, ਜਿਹੜਾ ਉਹ ਤਾਲਿਆਂ ਨੂੰ ਲੈ ਕੇ ਪਹੁੰਚੇ ਸਨ। ਇਸੇ ਤਰ੍ਹਾਂ ਸੁਖਵਿੰਦਰ ਸਿੰਘ ਕੋਟਲੀ ਵਾਲਾ ਮਾਮਲਾ, ਇਹਦੇ 'ਤੇ ਉਹਨਾਂ ਨੇ ਖੁੱਲ੍ਹ ਕੇ ਗੱਲ ਕੀਤੀ ਹੈ। ਇਸ ਤੋਂ ਇਲਾਵਾ ਹੋਰ ਕਈ ਮੁੱਦਿਆਂ ਦੇ ਉੱਤੇ ਅਤੇ ਸਭ ਤੋਂ ਵੱਧ ਜਿਹੜਾ ਉਹਨਾਂ ਦੇ ਭਾਈਆ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸੁੱਖ ਬਿਲਾਸ ਹੋਟਲ ਹੈ ਉਹਦੇ ਬਾਰੇ ਕਿਹਾ। ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ 2 ਸਾਲ ਹੋ ਗਏ ਜੇ ਸਾਡਾ ਨਜਾਇਜ਼ ਬਣਿਆ ਹੋਇਆ ਕਰੋ ਕਾਰਵਾਈ। ਮਜੀਠੀਆ ਸਾਹਿਬ ਨੇ ਬਾਹਰਲੇ ਪਾਸੇ ਕਹਿਤਾ ਕਰੋ ਕਾਰਵਾਈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵਿਧਾਨ ਸਭਾ 'ਚ ਕਿ ਜਿਹੜੀਆਂ ਬੱਸਾਂ ਦੀਆਂ ਵਾਰਡੀਆਂ 'ਚ ਰਾਜਸਥਾਨ ਤੋਂ ਲਵਾਈਆਂ ਨੇ ਉਹਨਾਂ ਦੇ ਵਿੱਚ ਬੜਾ ਕੁਛ ਹੋਇਆ ਹੈ। ਪਰ ਆਮ ਲੋਕ ਸਵਾਲ ਪੁੱਛਦੇ ਆ ਕਿ ਜੇ ਹੋਇਆ ਤਾਂ ਫਿਰ ਕਾਰਵਾਈ ਕਰਕੇ ਦਿਖਾਓ। ਮਜੀਠੀਆ ਹੋਰਾਂ ਨੇ ਵੀ ਇਹੀ ਕਿਹਾ ਕਿ ਜੇ ਕੋਈ ਗੈਰ ਕਾਨੂੰਨੀ ਤੌਰ 'ਤੇ ਕੀਤਾ ਗਿਆ, ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ ਗਈ, ਉਲੰਘਣਾ ਕੀਤੀ ਗਈ ਹੈ, ਬੇਨਿਜ਼ਮੀਆਂ ਹੋਈਆਂ ਨੇ ਸੁੱਖ ਬਿਲਾਸ ਦੇ ਵਿੱਚ, ਤਾਂ ਫਿਰ ਤੁਸੀਂ ਕਾਰਵਾਈ ਕਰੋ। ਉਹਦਾ ਜਵਾਬ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਤੌਰ 'ਤੇ ਦੇਣਗੇ ਜੀ। ਸੋ ਤਮਾਮ ਗੱਲਾਂ ਨੂੰ ਲੈ ਕੇ, ਕਿਉਂਕਿ ਮਜੀਠੀਆ ਸਾਹਿਬ ਨੂੰ ਜਿਹੜੀ ਉਹਨਾਂ ਨੇ ਗੱਲ ਕੀਤੀ, ਕਹਿੰਦੇ ਜੇ ਮੈਂ ਕੋਈ ਸਖ਼ਤ ਜੀ ਗੱਲ ਕਹਿ ਦਿੰਦਾ ਉਦੋਂ ਅਗਲੇ ਦਿਨ ਮੈਨੂੰ ਸੱਦ ਲੈਂਦੇ ਨੇ, ਅਤੇ ਹੁਣ ਵੀ ਪਟਿਆਲਾ ਦੇ DIG ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਿੱਚ ਜਿਹੜੀ ਵਿਸ਼ੇਸ਼ ਜਾਂਚ ਟੀਮ ਬਣੀ ਹੈ ਉਹਨਾਂ ਨੇ ਇਹਨਾਂ ਨੂੰ ਸੱਦਿਆ ਜੀ। ਸੋ ਨਾਲ ਹੀ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੁੱਖ ਹੜਤਾਲ 'ਤੇ ਬੈਠੇ ਨੇ ਅਤੇ ਉਹਨਾਂ ਦੇ ਕੁਝ ਕੁ ਸਾਥੀਆਂ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਹੈ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਜਥੇਦਾਰ ਨਾਲ ਮੁਲਾਕਾਤ ਵੀ ਕੀਤੀ ਗਈ ਹੈ ਜਿਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਉਹਨਾਂ ਨੂੰ। ਦੇਖੋ ਇਹ ਗੱਲ ਬਹੁਤ ਚਿਰ ਤੋਂ ਉੱਠਦੀ ਆ ਰਹੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਾਲ ਹੋਰ ਕੋਈ 1.25 ਦਰਜਨ ਦੇ ਕਰੀਬ ਜਿਹੜੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ। ਚਲੋ ਗੁਨਾਹ ਕੀ ਕੀਤਾ ਕੀ ਨਹੀਂ ਕੀਤਾ ਆਪਾਂ ਉਹਦੇ 'ਚ ਨਹੀਂ ਜਾਂਦੇ, ਪਰ ਉਹਨਾਂ ਨੂੰ ਆਸਾਮ ਦੇ ਵਿੱਚ ਰੱਖਣਾ ਇਹ ਕਿੱਥੋਂ ਦਾ, ਇੱਥੋਂ ਪਰਿਵਾਰ ਜਾਵੇ 2-3 ਦਿਨ ਲੱਗ ਜਾਂਦੇ ਆ, ਜੇ ਮਹੀਨੇ 'ਚ 1 ਦਿਨ ਵੀ ਜਾਵੇ। ਕਹਿੰਦੇ ਆ ਕਿ ਉਹਨਾਂ ਦੀ ਸਿਹਤ ਖਰਾਬ ਹੋ ਚੁੱਕੀ ਹੈ, ਭਾਵੇਂ ਕੋਈ ਜੇਲ੍ਹ 'ਚ ਹੈ ਉਹਨੂੰ ਸਿਹਤ ਯਾਬ ਰੱਖਣਾ ਤਾਂ ਸਰਕਾਰ ਦਾ ਕੰਮ ਹੈ। ਉਹਨਾਂ ਦੇ ਪਿਤਾ ਕੁਛ ਦਿਨ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਮਿਲੇ ਸਨ, ਅਤੇ ਹੁਣ
ਉਹ ਗਿਆਨੀ ਰਘਵੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਉਹਨਾਂ ਨੂੰ ਮਿਲੀ ਹੈ। ਉਹ ਕਹਿੰਦੇ ਕਿ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਵਾਲਾ ਮਾਮਲਾ ਅਸੀਂ ਵਿਚਾਰਾਂਗੇ ਔਰ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਾਰੇ ਮਾਮਲੇ ਨੇ, ਪਹਿਲਾਂ ਇਸ ਤਰ੍ਹਾਂ ਦੀਆਂ ਲੜਾਈਆਂ ਅਕਾਲੀ ਦਲ ਲੜਦਾ ਹੁੰਦਾ ਸੀ। ਅਕਾਲੀ ਦਲ ਦੀ ਉਹ ਪੁਜੀਸ਼ਨ ਨਾ ਰਹੀ, ਉਹਨਾਂ ਨੇ ਤਾਂ ਭਾਈ ਰਾਜੂਵਾਲਿਆਂ ਵਾਲਾ ਮਾਮਲਾ ਵੀ ਜਿਨ੍ਹਾਂ ਦੇ ਨਾਲ ਰਲੇਵਾਂ ਕਰਨ ਨੂੰ ਫਿਰਦੇ ਆ ਉਹਨਾਂ ਨੇ ਟਾਈਮ ਹੀ ਨਹੀਂ ਦਿੱਤਾ ਅਤੇ ਹੁਣ ਭਾਈ ਰਾਜੂਵਾਲਾ ਵੀ ਚੁੱਪ ਕਰ ਗਏ। ਇਸੇ ਤਰ੍ਹਾਂ ਇਹ ਮਾਮਲੇ ਨੇ। ਜੱਦਰ ਸਾਹਿਬ ਨੇ ਭਰੋਸਾ ਦਿੱਤਾ ਕਿ ਆਪਾਂ ਅਗਲੇ ਦਿਨਾਂ ਦੇ ਵਿੱਚ ਇਸ ਮਾਮਲੇ 'ਚ ਅੱਗੇ ਜਾਵਾਂਗੇ, ਗੱਲ ਕਰਾਂਗੇ। ਸੋ ਦੇਖਦੇ ਹਾਂ ਇਹਦੇ ਵਿੱਚ ਅੱਗੇ ਜਾ ਕੇ ਕੀ ਬਣਦਾ ਹੈ ਜੀ। ਸੋ ਨਾਲੇ ਜਲੰਧਰ ਦੇ ਵਿੱਚ ਇੱਕ ਲਾਟਰੀ ਸਟਾਲ ਦੇ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਹੰਗਾਮਾ ਕੀਤਾ ਗਿਆ ਜੀ। ਸ਼ਟਰ ਲਾ ਕੇ ਲਾਟਰੀ ਸਟਾਲ ਨੂੰ ਬਾਹਰ ਬੈਠ ਗਏ ਸੀਗੇ ਅਤੇ ਤੁਹਾਨੂੰ ਦੱਸਦੀ ਢਿੱਲ ਸਾਹਿਬ 2 ਕੁ ਦਿਨ ਪਹਿਲਾਂ ਉਹਨਾਂ ਦੇ MLA ਨੇ ਉਹ ਵੀ ਉੱਥੇ ਗਏ ਸੀਗੇ ਜੀ। ਦੇਖੋ ਫਿਰ ਮੈਂ ਉਹੀ ਗੱਲ ਕਰਦਾ, ਜੇ ਤਾਂ ਉਹ ਲਾਟਰੀ ਸਟਾਲ ਚੱਲਦਾ ਗੈਰ ਕਾਨੂੰਨੀ, ਫਿਰ ਉੱਥੋਂ ਦੇ ਪੁਲਿਸ ਕਮਿਸ਼ਨਰੇਟ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਜੀ। ਜੇ ਨਿਯਮਾਂ ਮੁਤਾਬਕ ਚੱਲਦਾ ਹੈ ਤਾਂ ਵੱਖਰੀ ਗੱਲ ਹੈ, ਪਰ ਇਹ ਕੋਈ ਉਹ ਨਹੀਂ ਹੈ ਕਿ ਰਾਜਕਾਰਦੀ ਪਾਰਟੀ ਦੇ ਹੋਣ ਜਾਂ ਕਿਸੇ ਹੋਰ ਦੇ ਵੀ ਹੋਣ, ਤੁਸੀਂ ਉੱਥੇ ਜਾਓ ਆਪਣੀ ਦਾਦਾਗਿਰੀ ਦਿਖਾਓ। ਉਹ ਜ਼ੋਰ ਲਾ ਰਹੇ ਨੇ ਕਿ ਤਾਂ ਪੁਲਿਸ ਵਾਲੇ ਤਾਂ ਸਿਰਫ ਖਾਨਾ ਪੂਰਤੀ ਕਰਨ ਆਉਂਦੇ ਨੇ, ਜਿਹੜਾ ਪੁਲਿਸ ਦਾ ਨਾ ਇਹ ਰਾਜਨੀਤੀਕਰਨ ਹੋ ਗਿਆ, ਅਸਲ ਦੇ ਵਿੱਚ ਇਹ ਸਭ ਤੋਂ ਬਾੜਾ ਹੈ। ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਸ਼ੀਸ਼ਾ ਦਿਖਾਇਆ ਪੰਜਾਬ ਅਤੇ ਹਰਿਆਣੇ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ। ਪੁਲਿਸ ਨੂੰ ਪੁਲਿਸ ਰਹਿਣ ਦਿਓ, ਪੁਲਿਸ ਨੂੰ ਆਪਣਾ ਕੰਮ ਕਰਨ ਦਿਓ, ਜਦੋਂ ਅਸੀਂ ਬੇਲੋੜੀ ਦਖਲਅੰਦਾਜ਼ੀ ਕਰਾਂਗੇ। ਇਹ ਮਹਿਕਮਾ ਹੈਗਾ ਸਾਡੇ ਮੁੱਖ ਮੰਤਰੀ ਸਾਹਿਬ ਕੋਲ ਅਤੇ ਮੁੱਖ ਮੰਤਰੀ ਸਾਹਿਬ ਕਮਿਸ਼ਨਰੇਟ ਨੂੰ ਕਹਿਣ ਕਿ ਜੇ ਕੋਈ ਗੈਰ ਕਾਨੂੰਨੀ ਕੰਮ ਹੁੰਦਾ ਭਾਵੇਂ ਆਪਦੀ ਪਾਰਟੀ ਦਾ ਹੀ ਕਿਉਂ ਨਾ ਹੋਵੇ, ਉਹਦੇ 'ਤੇ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ। ਕਿਸੇ ਦੇ ਕੰਮਾਂ ਦੇ ਵਿੱਚ ਨੈ ਜਾਇਜ਼ ਅੜਿੱਕੇ ਨਹੀਂ ਪਾਉਣੇ ਚਾਹੀਦੇ ਜੀ। ਸੋ ਨਾਲੇ ਦੂਜੇ ਪਾਸੇ ਬਜਟ ਸੈਸ਼ਨ ਦੇ ਵਿੱਚ ਅਮਨ ਅਰੋੜਾ ਵੱਲੋਂ ਪੰਜਾਬ ਸਰ ਚੜ੍ਹੇ ਕਰਜ਼ੇ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੂੰ ਜਵਾਬ ਦਿੱਤਾ ਗਿਆ ਜੀ। ਦੇਖੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਆਗੂ ਨੇ, ਉਹਨਾਂ ਨੇ ਅੱਜ ਇੱਕ ਅਜਿਹਾ ਸ਼ਬਦ ਬੋਲਤਾ ਕਿ ਇਸ ਬਜਟ ਦੇ ਵਿੱਚ ਤਾਂ ਛੁਨਛਣਾ ਨਹੀਂ। ਸਪੀਕਰ ਸਾਹਿਬ ਕਹਿੰਦੇ ਜੀ ਇਹ ਛੁਨਛਣਾ ਸ਼ਬਦ ਵਿੱਚੋਂ ਕੱਢ ਦਿਓ ਜੀ। ਮੁੜ ਕੇ ਬਾਜਵਾ ਸਾਹਿਬ ਨੇ ਵੀ ਕਹਿਤਾ ਚਲੋ ਕੱਢ ਦਿਓ ਜੀ। ਉਹ ਕਹਿੰਦੇ ਕਿ ਸਰਕਾਰ 'ਤੇ ਕਰਜ਼ਾ ਤੁਸੀਂ ਚੜ੍ਹਾਤਾ। ਅਮਨ ਅਰੋੜਾ ਜਿਨ੍ਹਾਂ ਦਾ ਪਿਛੋਕੜ ਰਾਜਨੀਤੀ ਹੈ, ਉਹਨਾਂ ਦੇ ਪਿਤਾ ਸਰਦਾਰ ਸ਼੍ਰੀ ਭਗਵੰਤ ਦਾਸ ਅਰੋੜਾ ਬੜੇ ਮੰਨੇ ਪ੍ਰਮੰਨੇ ਆਗੂ ਸਨ, ਅਕਾਲੀ ਦਲ ਦੇ ਵੱਡੇ ਵੱਡੇ ਥੰਮ ਉਹਨਾਂ ਨੇ ਅੱਗੇ ਲਾ ਲਏ ਸੀ। ਉਹ ਕਹਿੰਦੇ ਪਿਛਲੀ ਸਰਕਾਰ 2,82,00,000 ਰੁਪਏ ਦਾ ਕਰਜ਼ਾ ਸਾਡੇ ਸਿਰ 'ਤੇ ਛੱਡ ਗਈ। ਮੇਰੇ ਖਿਆਲ ਪਿਛਲੀ ਸਰਕਾਰ ਨਹੀਂ, ਪਿਛਲੀਆਂ ਸਰਕਾਰਾਂ
ਅਤੇ ਹੁਣ ਆ ਸ਼ਾਇਦ ਆ ਗਿਆ 3,52,000 ਕਰੋੜ 67,000 ਕਰੋੜ ਇਹਨਾਂ 'ਤੇ ਸਿੱਧਾ ਲੱਗਦਾ ਦੋਸ਼। ਉਹ ਕਹਿੰਦੇ ਬਾਜਵਾ ਸਾਹਿਬ ਤੁਸੀਂ ਚੰਗੀ ਤਰ੍ਹਾਂ ਪੜ੍ਹ ਪੁੜ ਕੇ ਨਹੀਂ ਆਉਂਦੇ, ਹਾਲਾਂਕਿ ਜਵਾਬ ਦੇਣਾ ਚਾਹੀਦਾ ਸੀ ਵਿੱਤ ਮੰਤਰੀ ਨੂੰ। ਉਹ ਕਹਿੰਦੇ ਬਜਟ 'ਚ ਸਾਫ ਲਿਖਿਆ ਇਹ ਕਰਜ਼ਾ ਕਿਉਂ ਲਿਆ ਗਿਆ। ਉਹ ਕਹਿੰਦੇ ਸਰਕਾਰਾਂ ਵੇਲੇ ਦਾ ਕਰਜ਼ਾ ਚੁੱਕਿਆ ਸੀ ਉਹਦਾ ਵਿਆਜ 22 ਤੋਂ ਲੈ ਕੇ 23 ਤੱਕ 30,370 ਕਰੋੜ ਦਿੱਤਾ ਗਿਆ, 2 ਸਾਲਾਂ 'ਚ 60,000 ਕਰੋੜ ਦਾ ਕਰਜ਼ਾ ਚਾੜ੍ਹਤਾ। ਉਹਨਾਂ ਨੇ ਇਸ ਮਾਮਲੇ ਦੀ ਗੇਂਦ ਉਹਨਾਂ ਦੇ ਪਾਲੇ 'ਚ ਸੁੱਟਤੀ, ਭਾਵੇਂ ਏ ਨੇ ਲਿਆ, ਬੀ ਨੇ ਲਿਆ ਅਤੇ ਹੁਣ ਸੀ ਨੇ ਲਿਆ, ਕਰਜ਼ਾ ਤਾਂ ਕਰਜ਼ਾ। ਅਤੇ ਜੇ ਕਰਜ਼ੇ ਨਾਲ ਹੀ ਵਿਕਾਸ ਹੋਣੇ ਨੇ, ਮੈਂ ਇੱਕ ਆਗੂ ਨੂੰ ਸੁਣ ਰਿਹਾ ਸੀ ਕਿ ਪੰਜਾਬ ਦਾ ਬਜਟ ਤਾਂ ਇਹੋ ਜਿਹਾ ਵਿਕਾਸ ਵਾਸਤੇ ਮਸਾਂ 3 ਜਾਂ 4% ਪੈਸਾ ਬਚਦਾ ਅਤੇ ਵਿਕਾਸ ਹੋਣਾ ਕਿੱਥੋਂ ਹੈ ਜੇ ਤੁਸੀਂ ਫਜ਼ੂਲ ਖਰਚੀਆਂ ਦੂਜੇ ਰਾਜਾਂ ਦੇ ਤੁਸੀਂ ਵੱਡੀ ਇਸ਼ਤਿਹਾਰਬਾਜ਼ੀ ਕੀਤੀ ਹੋਈ ਹੈ, ਇਹ ਵੀ ਤਾਂ ਫਜ਼ੂਲ ਖਰਚੀ ਹੈ, ਇਹ ਕਿਵੇਂ ਰੋਕਣੀ ਹੈ ਤੁਸੀਂ ਆਪ ਤੌਰ 'ਤੇ ਦੇਖਣੀ ਹੈ ਜੀ। ਸੋ ਦੂਜੇ ਪਾਸੇ ਜੋ ਕਿਸਾਨ ਜਥੇਬੰਦੀਆਂ ਢਿੱਲ ਸਾਹਿਬ ਆਪਸ ਦੇ ਵਿੱਚ ਇੱਕ ਨੀਂਹ ਨਜ਼ਰ ਆ ਰਹੀ ਆ, ਹੁਣ ਜੋਗਿੰਦਰ ਸਿੰਘ ਗੁਰਾਹਾਂ ਵੱਲੋਂ ਜਿਹੜੇ ਭੰਦੇਰ ਹੋ ਗਏ ਕਿਸਾਨੀ ਆਗੂ ਨੇ ਡੱਲੇਵਾਲ ਦੇ ਉੱਤੇ ਕਿ ਸਵਾਲ ਖੜੇ ਕੀਤੇ ਗਏ ਨੇ ਅਤੇ ਲਗਾਤਾਰ ਉਹ ਨਿਸ਼ਾਨੇ ਵੀ ਸਾਧਦੇ ਹੋਏ ਨਜ਼ਰ ਆਉਂਦੇ ਨੇ ਵੀ ਇਹਨਾਂ ਨੇ ਕਿਉਂ ਆਪਣਾ ਵੱਖਰਾ ਧੜਾ ਬਣਾਇਆ ਜੀ। ਚਲੋ ਤੁਸੀਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਿਹਾ ਕਿ ਕਿਸਾਨ ਨੇ ਇੱਕ ਮਤ ਨਹੀਂ, ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹ ਉਹ ਤੋਂ ਵੱਖਰੇ ਹੋ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਬਣਾ ਲਿਆ ਜਿਹਦੇ ਕਰਕੇ ਮਤਭੇਦ ਇਹਨਾਂ ਦੇ ਆਪਸ ਵਿੱਚ ਦੀ ਹੈ, ਇਸੇ ਕਰਕੇ ਤਾਂ ਵੱਖ ਵੱਖ ਰਾਹਾਂ 'ਤੇ ਚੱਲੇ ਆ ਜੀ। ਸੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ VC ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਲਗਾਤਾਰ ਚੋਣਾਂ ਨੂੰ ਲੈ ਕੇ ਉਹ ਪਾਰਟੀ ਦੀ ਮਜ਼ਬੂਤੀ ਵਾਸਤੇ ਅਹੁਦੇਦਾਰਾਂ ਨੂੰ ਐਲਾਨ ਕਰ ਰਹੇ ਨੇ ਢਿੱਲ ਸਾਹਿਬ। ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦੇ ਪਛੜੀਆਂ ਸ਼੍ਰੇਣੀਆਂ ਵਿੰਗ ਦੇ ਪ੍ਰਧਾਨ ਨੇ ਜਥੇਦਾਰ ਹੀਰਾ ਸਿੰਘ ਗਾਬੜੀਆਂ, ਉਹਨਾਂ ਨੇ ਉਹਨਾਂ ਨਾਲ ਰਾਏ ਮਸ਼ਵਰਾ ਕਰਕੇ ਕੁਝ ਆਗੂਆਂ ਨੂੰ ਪਛੜੀਆਂ ਸ਼੍ਰੇਣੀਆਂ ਵਿੰਗ ਦੇ ਵਿੱਚ ਅਹੁਦੇਦਾਰੀਆਂ ਦਿੱਤੀਆਂ ਨੇ, ਸ਼ਾਮਲ ਵੀ ਕੀਤਾ, ਜਿਨ੍ਹਾਂ ਦੇ ਵਿੱਚ ਸਰਦਾਰ ਹਰੀ ਸਿੰਘ ਪ੍ਰੀਤ ਟਰੈਕਟਰ ਨਾਭਾ, ਜਥੇਦਾਰ ਬਾਬਾ ਸਿੰਘ ਗੁਮਾਨਪੁਰਾ, ਇਸੇ ਤਰ੍ਹਾਂ ਭਾਈ ਰਾਮ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਅਮਰਜੀਤ ਸਿੰਘ ਬਿੱਟੂ, ਗੁਰਦੀਪ ਸਿੰਘ ਲੰਬੀ, ਕਸ਼ਮੀਰ ਸਿੰਘ ਗੜੀਬਿੰਡ, ਮੁਖਤਿਆਰ ਸਿੰਘ ਚੀਮਾ ਲੁਧਿਆਣਾ, ਗੁਰਦੇਵ ਸਿੰਘ ਸ਼ੇਖਪੁਰਾ, ਇਹ ਉਹ ਆਗੂ ਨੇ ਜਿਨ੍ਹਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ। ਹਾਲੇ 2 ਦਿਨ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ ਨੂੰ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਵਿੱਚ ਅਹੁਦੇਦਾਰੀਆਂ ਸੌਂਪੀਆਂ ਨੇ। ਸੋ ਮੀਂਹ ਝੱਖੜ ਜਿੱਦਾਂ ਦੇ ਮਰਜ਼ੀ ਆਉਂਦੇ ਰਹਿਣ, ਪਰ ਸ਼੍ਰੋਮਣੀ ਅਕਾਲੀ ਦਲ ਆਪਣੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਇੱਕ ਕਿਸਮ ਨਾਲ ਪ੍ਰਫੁੱਲਤਾ ਕਰ ਰਿਹਾ
ਲੋਕਾਂ ਨੂੰ ਨਾਲ ਜੋੜਿਆ ਜਾ ਰਿਹਾ, ਉਹਨਾਂ ਨੂੰ ਅੱਗੇ ਤੋਰਿਆ ਜਾ ਰਿਹਾ। ਸੋ ਦੇਖਦੇ ਹਾਂ ਕਿ ਸਾਰੇ ਦਾ ਸਾਰਾ ਸ਼੍ਰੋਮਣੀ ਅਕਾਲੀ ਦਲ ਕੀ ਪੁਰਾਣੇ ਪੰਥਕ ਮੁੱਦਿਆਂ ਨੂੰ ਲੈ ਕੇ ਖੜਸ ਰਿਹਾ, ਪੰਥਕ ਮੁੱਦਿਆਂ 'ਤੇ ਚੱਲ ਰਿਹਾ, ਪੰਥਕ ਮੁੱਦਿਆਂ ਨੂੰ ਅੱਗੇ ਲਿਜਾ ਰਿਹਾ, ਅਤੇ ਜਿਨ੍ਹਾਂ ਕਾਰਨਾਂ ਕਰਕੇ ਅਕਾਲੀ ਦਲ ਪਛੜਿਆ ਸੀ ਉਹਨਾਂ ਦੇ ਵਿੱਚੋਂ ਕਿਹੜੇ ਤਰੀਕਿਆਂ ਦੇ ਨਾਲ ਅੱਗੇ ਨਿਕਲੇਗਾ, ਇਹ ਸਮਾਂ ਦੱਸੇਗਾ ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਉਣਾ ਹੈ ਢਿੱਲੋਂ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ। ਪ੍ਰੋਗਰਾਮ ਲੈ ਕੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।